ਨਸ਼ੇ ਚ ਧੁੱਤ ਕਾਰ ਚਾਲਕ ਨੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਆਪਣੀ ਗੱਡੀ ਹੀ ਪਲਟਾ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਗਾਇਬ ਹੋ ਗਿਆ। ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਇੱਕ ਮਕਾਨ ਦੇ ਬਾਹਰ ਇਹ ਗੱਡੀ ਪਲਟੀ ਹੋਈ ਨਜ਼ਰ ਆਉਂਦੀ ਹੈ, ਜਿਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਦਿਖਾਈ ਦਿੰਦੀਆਂ ਨੇ। ਦਰਅਸਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਕਸ਼ਮੀਰੀ ਐਵੀਨਿਊ ਤੋਂ ਸਾਹਮਣੇ ਆਈਆਂ ਨੇ, ਜਿੱਥੇ ਗੱਡੀ ਪਲਟੀ ਹੋਈ ਨਜ਼ਰ ਆਈ। ਗੱਡੀ ਦੇ ਹਾਲਾਤਾਂ ਤੋਂ ਪਤਾ ਲੱਗ ਸਕਦਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਗੱਡੀ ਦੇ ਅੰਦਰ ਤੋਂ ਵੀ ਸ਼ਰਾਬ ਦੀਆਂ ਬੋਤਲਾਂ ਦਿਖਾਈ ਦੇ ਰਹੀਆਂ ਨੇ। ਉੱਥੇ ਜਦੋਂ ਗਲੀ ਦੇ ਮੁਹੱਲਾ ਵਾਸੀਆਂ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਗੱਡੀ ਦਾ ਐਕਸੀਡੈਂਟ ਕਦੋਂ ਤੇ ਕਿਵੇਂ ਹੋਇਆ, ਤੇ ਜਦੋਂ ਉਹਨਾਂ ਨੇ ਸਵੇਰੇ ਘਰਾਂ ਤੋਂ ਬਾਹਰ ਆ ਕੇ ਵੇਖਿਆ ਤਾਂ ਗੱਡੀ ਘਰ ਦੇ ਬਾਹਰ ਪਲਟੀ ਹੋਈ ਸੀ ਤੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਤੇ ਪੁਲਿਸ ਪਹੁੰਚੀ ਅਤੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਇਨੋਵਾ ਦੇ ਵਿੱਚ ਟੱਕਰ ਤੋਂ ਬਾਅਦ ਇਹ ਕਾਰ ਪਲਟ ਗਈ, ਪਰ ਇਸ ਗੱਡੀ ਦੇ ਵਿੱਚ ਕਾਰ ਦਾ ਡਰਾਈਵਰ ਜਾਂ ਕੋਈ ਹੋਰ ਮੌਜੂਦ ਨਹੀਂ ਸੀ। ਕਰਨ ਸਿੰਘ ਨਾਮ ਹੈ ਮੇਰਾ। ਹਾਂਜੀ, ਤੇ ਕਸ਼ਮੀਰ ਐਵਨਿਊ ਪੈਂਦੀ ਆ। ਹਾਂਜੀ, ਮੈਂ ਇੱਥੇ ਮੁਲਤਾਨੀ ਕਲੀਨਿਕ ਤੇ ਜੌਬ ਕਰਦਾ ਆ। ਹਾਂਜੀ ਹਾਂਜੀ, ਸਵੇਰੇ ਆਏ ਆ, ਸਵੇਰੇ ਪਤਾ ਲੱਗਾ ਵੀ ਆਹ ਚੱਕਰ ਹੋ ਗਿਆ, ਇਨੋਵਾ 'ਚ ਵੱਜ ਗਈ ਗੱਡੀ ਤੇ ਪਲਟ ਗਈ ਆ। ਸਰ ਕੁਛ ਪਤਾ ਲੱਗਾ ਕਿੰਨੇ ਕੁ ਬੰਦੇ ਸੀ? ਨਹੀਂ ਨਹੀਂ ਕੁਛ ਨਹੀਂ ਪਤਾ, ਕਿੰਨੇ ਕੁ ਵਜੇ? ਕਿਸੇ ਨੂੰ ਵੀ ਨਹੀਂ ਪਤਾ ਲੱਗ ਜਾਗਾ, ਕਿਸੇ ਨੂੰ ਵੀ ਨਹੀਂ ਪਤਾ। ਹਾਂਜੀ, ਕਿੰਨੇ ਕੁ ਵਜੇ ਦਾ ਟਾਈਮ ਸੀ? ਕੁਛ ਯਾਦ ਮੇ ਵੀ 11:30 ਦਾ ਟਾਈਮ ਸੀ। ਰਾਤੀ 11:30? ਹਾਂਜੀ ਹਾਂਜੀ। ਕੁਛ ਪਤਾ ਲੱਗਾ ਕਿੰਨੇ ਕੁ ਬੰਦੇ ਸੀ ਜਾਂ ਕੀ ਸੀ, ਕੁਛ ਮਾੜਾ ਮੋਟਾ ਕੋਈ ਗੱਲਬਾਤ ਪਤਾ ਹੋਵੇ? ਨਹੀਂ ਕੁਛ ਨਹੀਂ ਪਤਾ, ਕਿਸੇ ਨੂੰ ਗੁਆਂਢੀਆਂ ਨੂੰ ਪੁੱਛਿਆ, ਸਾਰਿਆਂ ਨੂੰ ਪੁੱਛਿਆ, ਕਹਿੰਦੇ ਨਹੀਂ ਕੁਛ ਨਹੀਂ ਪਤਾ ਸਾਨੂੰ, ਸਵੇਰੇ ਪਤਾ ਲੱਗਾ। ਗੱਡੀ ਮਾਰੀ ਉਹ ਜਾਨੀ ਮਾਨੀ ਬਚਾਵ ਕਿ ਕਿੱਦਾਂ ਕੋਈ? ਮੇ ਵੀ ਬਚ ਗਏ ਸ਼ਾਇਦ, ਮੁੰਡੇ ਕਹਿੰਦੇ ਤਿੰਨ ਮੁੰਡੇ ਸੀ। ਤਿੰਨ ਮੁੰਡੇ ਸੀ? ਹਾਂ ਬਚ ਗਏ। ਖਾਧੀ ਪੀਤੀ ਕਿੱਦਾਂ? ਪਤਾ ਨਹੀਂ ਇਹਦੇ ਬਾਰੇ, ਇਹਦੇ ਬਾਰੇ ਕੁਛ ਨਹੀਂ ਪਤਾ। ਨਹੀਂ।